ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸੋਲਵ ਕਰਨ ਜਾ ਰਹੇ ਹਾਂ ਐਕਸਰਸਾਈਜ਼ 1.3 ਦਾ ਕੁਐਸਚਨ ਨੰਬਰ ਫਸਟ। ਅਤੇ ਕੁਐਸਚਨ ਦੀ ਸਟੇਟਮੈਂਟ ਇਸ ਤਰ੍ਹਾਂ ਹੈ ਜੀ, ਗੁਣਨਫਲ ਪਤਾ ਕਰੋ। ਅਤੇ ਇਹ ਨੀਚੇ ਆਪਣੇ ਕੁਐਸਚਨ ਦੇ 8 ਪਾਰਟ ਹਨ। ਇਹ 8 ਪਾਰਟ ਦੇ ਵਿੱਚ ਜੋ ਨੰਬਰਸ ਆਪਾਂ ਨੂੰ ਨਜ਼ਰ ਆ ਰਹੇ ਹਨ, ਆਪਾਂ ਉਹਨਾਂ ਨੂੰ ਕਰਨਾ ਹੈ ਮਲਟੀਪਲਾਈ, ਗੁਣਾ ਕਰਨੀ ਹੈ, ਅਤੇ ਇਹਨਾਂ ਦਾ ਗੁਣਨਫਲ ਆਪਾਂ ਪਤਾ ਕਰਨਾ ਹੈ। ਅਤੇ ਸਟੂਡੈਂਟ ਵੀਡੀਓ ਦੇ ਲਾਸਟ ਵਿੱਚ ਤੁਹਾਡੇ ਲਈ ਹੋਮਵਰਕ ਹੋਏਗਾ। ਅਤੇ ਆਓ ਹੁਣ ਪਹਿਲਾਂ ਸਟੇਟਮੈਂਟ ਨੂੰ ਆਪਾਂ ਇੰਗਲਿਸ਼ ਵਿੱਚ ਰੀਡ ਕਰਦੇ ਹਾਂ, ਅਤੇ ਫਿਰ ਇਸ ਕੁਐਸਚਨ ਨੂੰ ਆਪਾਂ ਸੋਲਵ ਕਰਾਂਗੇ। ਸੋ ਇੰਗਲਿਸ਼ ਵਿੱਚ ਸਟੇਟਮੈਂਟ ਇਸ ਤਰ੍ਹਾਂ ਹੈ ਜੀ, ਫਾਇੰਡ ਦਾ ਪ੍ਰੋਡਕਟ ਆਫ। ਅਤੇ ਆਪਾਂ ਫਾਇੰਡ ਆਊਟ ਕਰਨੀ ਹੈ ਪ੍ਰੋਡਕਟ, ਪ੍ਰੋਡਕਟ ਮੀਨ ਇਹਨਾਂ ਨੂੰ ਆਪਾਂ ਕਰਨਾ ਹੈ ਮਲਟੀਪਲਾਈ। ਇਹ ਟੋਟਲ ਆਪਣੇ ਕੋਲ ਇਸ ਜੋ ਪਾਰਟ ਹੈ, ਇਹ ਫਸਟ ਕੁਐਸਚਨ, ਇਸ ਦੇ ਆਪਣੇ ਕੋਲ 8 ਪਾਰਟ ਹਨ। 8 ਪਾਰਟ ਦੇ ਵਿੱਚ ਆਪਾਂ ਕੀ ਕਰਨਾ ਹੈ, ਜੋ ਨੰਬਰਸ ਨਜ਼ਰ ਆ ਰਹੇ ਹਨ ਉਹਨਾਂ ਦੀ ਆਪਾਂ ਪ੍ਰੋਡਕਟ ਫਾਇੰਡ ਆਊਟ ਕਰਨੀ ਹੈ। ਅਤੇ ਪ੍ਰੋਡਕਟ ਮੀਨ ਇਹਨਾਂ ਨੂੰ ਆਪਾਂ ਮਲਟੀਪਲਾਈ ਕਰਨਾ ਹੈ। ਅਤੇ ਆਓ ਸਟੂਡੈਂਟ ਹੁਣ ਆਪਾਂ ਕੁਐਸਚਨ ਨੂੰ ਸਟਾਰਟ ਕਰਦੇ ਹਾਂ ਜੀ। ਸੋ ਕੁਐਸਚਨ ਸਟਾਰਟ ਕਰਦੇ ਹਾਂ ਜੀ। ਫਸਟ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਫਸਟ ਕੁਐਸਚਨ ਦੀ ਸਟੇਟਮੈਂਟ ਜੋ ਫਸਟ ਪਾਰਟ ਹੈ, ਆਪਾਂ ਮਲਟੀਪਲਾਈ ਕਰਨਾ ਹੈ -15 ਨੂੰ 0 ਦੇ ਨਾਲ। ਇਹ ਆਪਣੇ ਕੋਲ ਪਹਿਲਾ ਸਮ ਹੈ ਜੀ। ਅਤੇ ਆਪਾਂ ਨੂੰ ਪਤਾ ਹੈ ਕਿ ਜੇਕਰ ਕਿਸੇ ਵੀ ਨੰਬਰ ਨੂੰ ਆਪਾਂ 0 ਦੇ ਨਾਲ ਮਲਟੀਪਲਾਈ ਕਰਦੇ ਹਨ, ਤਾਂ ਆਨਸਰ ਹਮੇਸ਼ਾ ਕੀ ਆਉਂਦਾ ਹੈ, 0 ਆਉਂਦਾ ਹੈ। ਇਟ ਮੀਨ -15 ਨੂੰ ਜੇਕਰ ਆਪਾਂ 0 ਨਾਲ ਗੁਣਾ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ, ਤਾਂ ਆਨਸਰ ਕੀ ਆਏਗਾ ਆਪਣੇ ਕੋਲ, 0 ਆਏਗਾ। ਅਤੇ ਇਸ ਲਈ ਤੁਸੀਂ ਯਾਦ ਕੀ ਰੱਖਣਾ ਹੈ ਕਿ ਕੋਈ ਵੀ ਨੰਬਰ ਹੋਵੇ, ਜੇਕਰ ਉਸ ਨੰਬਰ ਨੂੰ ਆਪਾਂ 0 ਦੇ ਨਾਲ ਗੁਣਾ ਕਰ ਰਹੇ ਹਾਂ, ਤਾਂ ਆਪਣੇ ਕੋਲ ਆਨਸਰ ਹਮੇਸ਼ਾ ਕੀ ਆਏਗਾ, 0 ਆਏਗਾ। ਐਨੀ ਨੰਬਰ, ਚਾਹੇ ਉਹ ਨੰਬਰ ਪਲੱਸ ਵਾਲਾ ਹੈ, ਚਾਹੇ ਮਾਈਨਸ ਵਾਲਾ ਹੈ, ਕਿਸੇ ਵੀ ਨੰਬਰ ਨੂੰ ਆਪਾਂ ਕੀ ਕਰ ਰਹੇ ਹਾਂ, ਜੇਕਰ 0 ਦੇ ਨਾਲ ਗੁਣਾ ਕਰ ਰਹੇ ਹਾਂ, ਤਾਂ ਆਪਣੇ ਕੋਲ ਹਮੇਸ਼ਾ ਆਨਸਰ ਕੀ ਆਉਂਦਾ ਹੈ, 0 ਆਉਂਦਾ ਹੈ। ਅਤੇ ਇਟ ਮੀਨ ਇੱਥੇ ਜੇ -15 ਦੀ ਬਜਾਏ ਕੋਈ ਹੋਰ ਵੀ ਨੰਬਰ ਹੁੰਦਾ, ਤਾਂ ਆਪਾਂ ਕੁਝ ਆਨਸਰ ਹੈ ਉਹ ਹਮੇਸ਼ਾ 0 ਹੀ ਆਉਣਾ ਸੀ। ਅਤੇ ਆਓ ਹੁਣ ਇਸਦਾ ਸੈਕਿੰਡ ਪਾਰਟ ਸੋਲਵ ਕਰਦੇ ਹਾਂ ਜੀ। ਸੋ ਸੈਕਿੰਡ ਪਾਰਟ ਆਪਣੇ ਕੋਲ ਇਸ ਤਰ੍ਹਾਂ ਹੈ ਜੀ, -35 ਮਲਟੀਪਲਾਈ 1। ਕਿ ਜੇਕਰ ਆਪਾਂ -35 ਨੂੰ 1 ਨਾਲ ਗੁਣਾ ਕਰਦੇ ਹਾਂ, ਤਾਂ ਆਪਣੇ ਕੋਲ ਕਿੰਨਾ ਆਨਸਰ ਆਏਗਾ। ਅਤੇ -35 ਨੂੰ ਜੇਕਰ ਆਪਾਂ 1 ਦੇ ਨਾਲ ਗੁਣਾ ਕਰ ਰਹੇ ਹਾਂ, ਤਾਂ ਆਨਸਰ ਵੀ ਆਪਣੇ ਕੋਲ ਕੀ ਆਏਗਾ, -35, -35 ਆਏਗਾ। ਇਸ ਵਿੱਚ ਆਪਣੇ ਕੋਲ ਇੱਕ ਪ੍ਰੋਪਰਟੀ ਹੁੰਦੀ ਹੈ ਕਿ ਜਿਸ ਤਰ੍ਹਾਂ ਇਸ ਵਿੱਚ 0 ਵਾਲੇ ਕੇਸ ਵਿੱਚ 0 ਨੂੰ ਕਿਸੇ ਨੰਬਰ ਨਾਲ ਮਲਟੀਪਲਾਈ ਕਰਦੇ ਹਾਂ, ਤਾਂ ਆਨਸਰ 0 ਆਉਂਦਾ ਹੈ। ਅਤੇ ਜੇਕਰ ਆਪਣੇ ਕੋਈ ਵੀ ਨੰਬਰ ਹੈ, ਕੋਈ ਵੀ ਨੰਬਰ, ਚਾਹੇ ਉਹ ਪਲੱਸ ਵਾਲਾ ਹੈ, ਚਾਹੇ ਉਹ ਮਾਈਨਸ ਵਾਲਾ ਹੈ, ਜੇਕਰ ਉਸਨੂੰ 1 ਦੇ ਨਾਲ ਮਲਟੀਪਲਾਈ ਕਰਦੇ ਹਾਂ, ਤਾਂ ਆਪਣੇ ਕੋਲ ਉਹੀ ਨੰਬਰ ਆ ਜਾਂਦਾ ਹੈ ਆਨਸਰ ਦੇ ਵਿੱਚ ਵੀ, ਉਹੀ ਸੇਮ ਨੰਬਰ ਆ ਜਾਂਦਾ ਹੈ। ਇਟ ਮੀਨ ਐਨੀ ਨੰਬਰ, ਜੇਕਰ ਕਿਸੇ ਨੰਬਰ ਨੂੰ ਆਪਾਂ 1 ਦੇ ਨਾਲ ਗੁਣਾ ਕਰ ਰਹੇ ਹਾਂ, ਅਤੇ ਆਪਣੇ ਕੋਲ ਆਨਸਰ ਵਿੱਚ ਵੀ ਕੀ ਆ ਜਾਂਦਾ ਹੈ, ਸੇਮ ਨੰਬਰ ਆ ਜਾਂਦਾ ਹੈ, ਅਤੇ ਉਸਦਾ ਸਾਈਨ ਵੀ ਸੇਮ ਆਉਂਦਾ ਹੈ। ਜਿਸ ਤਰ੍ਹਾਂ -35 ਨੂੰ 1 ਨਾਲ ਗੁਣਾ ਕੀਤਾ ਹੈ, ਅਤੇ ਆਪਣੇ ਕੋਲ -35 ਹੀ ਆ ਜਾਏਗਾ, ਸਾਈਨ ਵੀ ਉਸਦਾ ਮਾਈਨਸ ਵਿੱਚ ਹੀ ਆ ਜਾਏਗਾ। ਅਤੇ ਆਓ ਸਟੂਡੈਂਟ ਹੁਣ ਆਪਾਂ ਨੈਕਸਟ ਕੁਐਸਚਨ ਸੋਲਵ ਕਰਦੇ ਹਾਂ, ਪਾਰਟ ਦੇਖਦੇ ਹਾਂ ਜੀ। ਆਪਣੇ ਕੋਲ ਇਸ ਵਿੱਚ 2 ਨੰਬਰਸ ਨੂੰ ਆਪਾਂ ਮਲਟੀਪਲਾਈ ਕਰਨਾ ਹੈ। ਪਹਿਲਾ ਨੰਬਰ ਹੈ ਆਪਣੇ ਕੋਲ -13 ਅਤੇ ਦੂਸਰਾ ਨੰਬਰ ਹੈ -12। ਅਤੇ ਪਹਿਲਾਂ ਆਪਾਂ ਕੀ ਕਰਨਾ ਹੈ, ਇਹ ਜੋ ਨੰਬਰ ਦੇ ਵਿੱਚ ਜੋ ਮਲਟੀਪਲਾਈ ਕਰਨਾ ਹੈ, ਪਹਿਲਾਂ ਆਪਾਂ ਸਾਈਨ ਨਹੀਂ ਦੇਖਣੇ, ਸਾਈਨ ਨੂੰ ਹਜੇ ਆਪਾਂ ਨਹੀਂ ਮਲਟੀਪਲਾਈ ਕਰਨਾ। ਪਹਿਲਾਂ ਜੋ ਨੰਬਰਸ ਹੈ ਉਹਨਾਂ ਨੂੰ ਆਪਾਂ ਮਲਟੀਪਲਾਈ ਕਰ ਲੈਣਾ ਹੈ। 13 ਨੂੰ 12 ਦੇ ਨਾਲ ਆਪਾਂ ਮਲਟੀਪਲਾਈ ਕਰ ਦੇਣਾ, ਦੇਖੋ ਕਿੰਨਾ ਆਉਂਦਾ ਹੈ, 13 ਨੂੰ ਆਪਾਂ 12 ਦੇ ਨਾਲ ਮਲਟੀਪਲਾਈ ਕਰ ਦੇਣਾ ਹੈ। ਇਹ ਆ ਜਾਏਗਾ ਆਪਣੇ ਕੋਲ 26 ਆ ਜਾਏਗਾ, ਅਤੇ ਇੱਥੇ ਆਪਣੇ ਕੋਲ ਆ ਜਾਏਗਾ 13, ਅਤੇ ਇਹ ਆਪਣੇ ਕੋਲ ਆ ਗਿਆ ਜੀ 156। ਇਟ ਮੀਨ ਜੇਕਰ ਆਪਾਂ -13 ਨੂੰ ਆਪਾਂ ਕੀ ਕਰਨਾ ਹੈ, -12 ਦੇ ਨਾਲ ਮਲਟੀਪਲਾਈ ਕਰਦੇ ਹਨ, ਅਤੇ ਆਪਣੇ ਕੋਲ ਆਨਸਰ ਆ ਜਾਂਦਾ ਹੈ 156। ਹੁਣ ਗੱਲ ਆ ਗਈ ਆਪਣੇ ਕੋਲ ਸਾਈਨ ਦੀ, ਕਿ ਸਾਈਨ ਆਪਾਂ ਕਿਸ ਤਰ੍ਹਾਂ ਲਗਾਉਣੇ ਹਨ। ਅਤੇ ਦੋਨੋਂ ਹੀ ਨੰਬਰ ਮਾਈਨਸ ਵਾਲੇ ਹਨ, ਮਾਈਨਸ ਨੂੰ ਜਦੋਂ ਮਾਈਨਸ ਨਾਲ ਮਲਟੀਪਲਾਈ ਕਰਦੇ ਹਾਂ, ਅਤੇ ਜੋ ਮਾਈਨਸ ਹੈ ਉਹ ਮਾਈਨਸ ਦੇ ਨਾਲ ਕੀ ਹੋ ਜਾਂਦਾ ਹੈ, ਕੈਂਸਲ ਹੋ ਜਾਂਦਾ ਹੈ। ਅਤੇ ਮਾਈਨਸ ਮਾਈਨਸ ਕੈਂਸਲ ਹੋ ਕੇ ਇਹ ਆਪਣੇ ਕੋਲ ਕੀ ਆ ਜਾਏਗਾ, ਇੱਥੇ ਪਲੱਸ ਆ ਜਾਏਗਾ। ਅਤੇ ਜੇ ਪਲੱਸ ਦਾ ਸਾਈਨ ਆਪਾਂ ਨਹੀਂ ਵੀ ਲਿਖਦੇ, ਤਾਂ ਆਪਣੇ ਕੋਲ ਆਪਾਂ ਡਾਇਰੈਕਟਲੀ 156 ਆਨਸਰ ਲਿਖ ਸਕਦੇ ਹਾਂ। ਮੇਨ ਤੁਸੀਂ ਇਹ ਸਮਝਣਾ ਕਿ ਜੇ ਮਾਈਨਸ ਨੂੰ ਮਾਈਨਸ ਦੇ ਨਾਲ ਆਪਾਂ ਗੁਣਾ ਕਰ ਰਹੇ ਹਾਂ, ਅਤੇ ਮਾਈਨਸ ਦੇ ਨਾਲ ਮਾਈਨਸ ਕੀ ਹੋ ਜਾਂਦਾ ਹੈ, ਕੱਟਿਆ ਜਾਂਦਾ ਹੈ, ਅਤੇ ਜੋ ਆਨਸਰ ਹੈ ਆਪਣੇ ਕੋਲ ਕੀ ਆ ਜਾਏਗਾ, ਪਲੱਸ ਵਿੱਚ ਆ ਜਾਏਗਾ। ਮਲਟੀਪਲਾਈ ਦੇ ਕੇਸ ਵਿੱਚ ਜੇਕਰ ਆਪਾਂ 2 ਨੰਬਰਸ ਨੂੰ ਗੁਣਾ ਕਰ ਰਹੇ ਹਾਂ, ਮਲਟੀਪਲਾਈ ਕਰ ਰਹੇ ਹਨ, ਅਤੇ ਦੋਨੋਂ ਹੀ ਨੰਬਰ ਮਾਈਨਸ ਵਾਲੇ ਹਨ, ਤਾਂ ਮਾਈਨਸ ਦੇ ਨਾਲ ਆਪਾਂ ਮਾਈਨਸ ਨੂੰ ਕੀ ਕਰ ਦੇਣਾ ਹੁੰਦਾ ਹੈ, ਕੱਟ ਦੇਣਾ ਹੁੰਦਾ ਹੈ। ਅਤੇ ਸਟੂਡੈਂਟ ਆਓ ਨੈਕਸਟ ਪਾਰਟ ਸੋਲਵ ਕਰਦੇ ਹਾਂ। ਨੈਕਸਟ ਪਾਰਟ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਆਪਾਂ 2 ਨੰਬਰਸ ਨੂੰ ਮਲਟੀਪਲਾਈ ਕਰਨਾ ਹੈ, -20 ਅਤੇ 16 ਨੂੰ। ਅਤੇ ਪਹਿਲਾਂ ਆਪਾਂ ਸਾਈਨ ਹੀ ਦੇਖਣੇ, ਜਿਸ ਤਰ੍ਹਾਂ ਇਹ ਮਾਈਨਸ ਦਾ ਹੈ, ਇਹ ਪਲੱਸ ਦਾ ਹੈ, ਆਪਾਂ ਪਹਿਲਾਂ ਵਿਦਾਊਟ ਸਾਈਨ ਉਹ ਨੰਬਰਸ ਨੂੰ ਮਲਟੀਪਲਾਈ ਕਰ ਲੈਣਾ ਹੈ ਜੀ। 20 ਨੂੰ ਆਪਾਂ 16 ਦੇ ਨਾਲ ਗੁਣਾ ਕਰਨਾ ਹੈ, 120 ਆ ਜਾਏਗਾ, ਅਤੇ ਇਹ ਆਪਣੇ ਕੋਲ 20×20 ਆ ਜਾਏਗਾ, ਇਹ ਆ ਗਿਆ ਆਪਣੇ ਕੋਲ 320। ਜੇਕਰ ਆਪਾਂ ਮਾਈਨਸ
20 ਨੂੰ 16 ਦੇ ਨਾਲ ਆਪਾਂ ਗੁਣਾ ਕਰਦੇ ਹਾਂ ਤੇ ਆਨਸਰ ਆਪਣੇ ਕੋ ਆ ਜਾਂਦਾ ਹੈ 320। ਬਟ ਹੁਣ ਸਾਈਨ ਆਪਣੇ ਕੋ ਕਿਹੜਾ ਆਏਗਾ? ਤੇ ਜੇਕਰ ਇੱਕ ਨੰਬਰ ਮਾਈਨਸ ਵਾਲਾ ਹੈ ਇੱਕ ਪਲੱਸ ਵਾਲਾ ਹੈ, ਪਲੱਸ ਮਾਈਨਸ ਵਾਲੇ ਨੰਬਰਸ ਨੂੰ ਆਪਾਂ ਮਲਟੀਪਲਾਈ ਕਰਦੇ ਹਾਂ ਤੇ ਆਨਸਰ ਹਮੇਸ਼ਾ ਕਿਸ ਦੇ ਵਿੱਚ ਆਉਂਦਾ ਹੈ? ਮਾਈਨਸ ਦੇ ਵਿੱਚ ਆਉਂਦਾ ਹੈ। ਜੇਕਰ ਇੱਕ ਪਲੱਸ ਵਾਲਾ ਨੰਬਰ ਹੈ ਉਸ ਨੂੰ ਆਪਾਂ ਮਾਈਨਸ ਵਾਲੇ ਨੰਬਰ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਜੋ ਆਨਸਰ ਆਉਂਦਾ ਹੈ ਉਹ ਹਮੇਸ਼ਾ ਮਾਈਨਸ ਦੇ ਵਿੱਚ ਆਉਂਦਾ ਹੈ। ਤੇ ਇਸ ਦਾ ਮਤਲਬ ਆਪਣੇ ਕੋਲ ਵੀ ਆਨਸਰ ਕਿੰਨਾ ਆ ਜਾਏਗਾ? ਮਾਈਨਸ 320 ਆ ਜਾਏਗਾ। ਪਲੱਸ ਮਲਟੀਪਲਾਈ ਮਾਈਨਸ, ਪਲੱਸ ਮਾਈਨਸ ਨੂੰ ਮਲਟੀਪਲਾਈ ਕਰਕੇ ਆਪਣੇ ਕੋਲ ਆਨਸਰ ਆ ਜਾਏਗਾ ਮਾਈਨਸ ਵਿੱਚ। ਇਸ ਦੇ ਵਿੱਚ ਦੋਨੋਂ ਹੀ ਮਾਈਨਸ ਵਾਲੇ ਸਨ, ਮਾਈਨਸ ਵਾਲੇ ਨੂੰ ਮਾਈਨਸ ਵਾਲੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਮਾਈਨਸ ਨਾਲ ਮਾਈਨਸ ਕੈਂਸਲ ਹੋ ਜਾਏਗਾ। ਬਟ ਜੋ ਮਾਈਨਸ ਹੁਣ ਪਲੱਸ ਦੇ ਨਾਲ ਕੈਂਸਲ ਨਹੀਂ ਹੋ ਸਕਦਾ, ਇੱਕ ਮਾਈਨਸ ਦਾ ਹੈ ਦੂਸਰਾ ਪਲੱਸ ਦਾ ਹੈ, ਤਾਂ ਆਨਸਰ ਹਮੇਸ਼ਾ ਕਿਸ ਦੇ ਵਿੱਚ ਆ ਜਾਏਗਾ? ਮਾਈਨਸ ਵਿੱਚ ਆ ਜਾਏਗਾ। ਅਤੇ ਆਓ ਸਟੂਡੈਂਟ ਹੁਣ ਇਸਦਾ ਨੈਕਸਟ ਪਾਰਟ ਸੋਲਵ ਕਰਦੇ ਹਾਂ। ਨੈਕਸਟ ਪਾਰਟ ਇਸ ਤਰ੍ਹਾਂ ਜੀ, ਪਾਰਟ 5th, ਇਸ ਦੇ ਵਿੱਚ ਆਪਾਂ 3 ਨੰਬਰਸ ਨੂੰ ਮਲਟੀਪਲਾਈ ਕਰਨਾ ਹੈ। ਪਹਿਲਾ ਨੰਬਰ ਮਲਟੀਪਲਾਈ ਦੂਸਰਾ ਨੰਬਰ ਮਲਟੀਪਲਾਈ ਤੀਸਰਾ ਨੰਬਰ। ਅਤੇ ਫਿਰ ਉਸੇ ਤਰ੍ਹਾਂ ਆਪਾਂ 3 ਨੰਬਰਸ ਨੂੰ ਕਿਸ ਤਰ੍ਹਾਂ ਮਲਟੀਪਲਾਈ ਕਰਨਾ ਹੈ? ਪਹਿਲਾਂ ਜੋ ਪਹਿਲੇ 2 ਨੰਬਰ ਸਨ ਉਹਨਾਂ ਨੂੰ ਮਲਟੀਪਲਾਈ ਕਰਕੇ ਉਹਨਾਂ ਦਾ ਆਨਸਰ ਕਰ ਲੈਂਦੇ ਹਾਂ। ਪਹਿਲੇ 2 ਦਾ ਜਿੰਨਾ ਆਨਸਰ ਆਏਗਾ ਫਿਰ ਉਸ ਨੂੰ ਆਪਾਂ ਤੀਸਰੇ ਨਾਲ ਗੁਣਾ ਕਰ ਦੇਣਾ ਹੈ, ਮਲਟੀਪਲਾਈ ਕਰ ਦੇਣਾ ਹੈ। ਅਤੇ ਪਹਿਲੇ 2 ਨੰਬਰਸ ਦੇਖੋ ਆਪਣੇ ਕੋਲ ਕੀ ਹਨ, 15 ਅਤੇ 4। ਪਹਿਲਾਂ ਆਪਾਂ ਸਾਈਨ ਨਹੀਂ ਦੇਖਣਾ, ਵਿਦਾਊਟ ਸਾਈਨ ਆਪਾਂ ਉਹਨਾਂ ਨੂੰ ਮਲਟੀਪਲਾਈ ਕਰਨਾ ਹੈ। 15 ਅਤੇ 4 15 ਅਤੇ 4, 15 ਨੂੰ 4 ਨਾਲ ਗੁਣਾ ਕਰਾਂਗੇ ਕਿੰਨਾ ਆਏਗਾ? 15 ਚੌਕਾ ਆਪਣੇ ਕੋਲ 60 ਆ ਜਾਏਗਾ। ਹੁਣ ਇਹ ਦੋਵਾਂ ਨੂੰ ਮਲਟੀਪਲਾਈ ਕਰਕੇ ਆਪਣੇ ਕੋਲ 60 ਆ ਗਿਆ ਹੈ। ਅਤੇ 60 ਨੂੰ ਆਪਾਂ ਕਿਸ ਦੇ ਨਾਲ ਹੁਣ ਗੁਣਾ ਕਰ ਦੇਣਾ ਹੈ? 5 ਨਾਲ। ਦੇਖੋ 60 ਨੂੰ ਆਪਾਂ ਕਿਸ ਦੇ ਨਾਲ ਗੁਣਾ ਕਰ ਦੇਣਾ ਹੈ? 5 ਨਾਲ। ਅਤੇ ਇਹ ਦੇਖੋ ਕਿੰਨਾ ਆਏਗਾ? 300। ਇਟ ਮੀਨ ਮਾਈਨਸ 15, ਮਾਈਨਸ 4 ਅਤੇ ਮਾਈਨਸ 5 ਨੂੰ ਤਿੰਨਾਂ ਨੂੰ ਗੁਣਾ ਕਰਕੇ ਆਪਣੇ ਕੋਲ ਆਨਸਰ ਕਿੰਨਾ ਆ ਰਿਹਾ ਹੈ ਜੀ? 300। ਬਟ ਹੁਣ ਪ੍ਰੋਬਲਮ ਹੈ ਆਪਣੇ ਕੋਲ ਸਾਈਨ, ਸਾਈਨ ਆਪਾਂ ਕਿਹੜਾ ਲਗਾਉਣਾ ਹੈ? ਹੁਣ ਧਿਆਨ ਨਾਲ ਦੇਖੋ, ਇੱਥੇ ਵੀ ਮਾਈਨਸ ਸਾਈਨ ਹੈ, ਇਸ ਜਗ੍ਹਾ 'ਤੇ ਮਾਈਨਸ ਸਾਈਨ ਹੈ, ਇਸ ਜਗ੍ਹਾ 'ਤੇ ਮਾਈਨਸ ਸਾਈਨ ਹੈ। ਅਤੇ ਆਪਾਂ ਹੁਣ ਜਿਸ ਤਰ੍ਹਾਂ ਪਿਛਲੇ ਕੁਸ਼ਚਨ 'ਚ ਕੀਤਾ ਸੀ, ਮਾਈਨਸ ਦੇ ਨਾਲ ਮਾਈਨਸ ਕੀ ਹੋ ਜਾਂਦਾ ਹੈ? ਕੈਂਸਲ। ਇਸ ਮਾਈਨਸ ਦੇ ਨਾਲ ਇਹ ਮਾਈਨਸ ਹੋ ਜਾਏਗਾ ਕੈਂਸਲ, ਬਟ ਇਹ ਮਾਈਨਸ ਅਜੇ ਵੀ ਆਪਣੇ ਕੋਲ ਬਚ ਗਿਆ ਹੈ। ਇਟ ਮੀਨ ਆਪਣੇ ਕੋਲ ਆਨਸਰ ਦੇ ਵਿੱਚ ਕੀ ਆ ਜਾਏਗਾ? ਮਾਈਨਸ ਆ ਜਾਏਗਾ। ਜੇਕਰ ਆਪਣੇ ਕੋਲ ਜਿਹਨਾਂ ਨੰਬਰਾਂ ਨੂੰ ਆਪਾਂ ਮਲਟੀਪਲਾਈ ਕਰ ਰਹੇ ਹਾਂ ਉਹਨਾਂ ਵਿੱਚ ਇੱਕ ਵੀ ਜਗ੍ਹਾ 'ਤੇ ਆਪਣੇ ਕੋਲ ਮਾਈਨਸ ਬਚ ਜਾਵੇ ਤਾਂ ਆਨਸਰ ਦੇ ਵਿੱਚ ਆਪਣੇ ਕੋਲ ਮਾਈਨਸ ਆ ਜਾਂਦਾ ਹੈ। ਅਤੇ ਆਹ ਹੁਣ ਇਸਦਾ ਨੈਕਸਟ ਪਾਰਟ ਸੋਲਵ ਕਰਦੇ ਹਾਂ। ਨੈਕਸਟ ਪਾਰਟ ਨੂੰ ਸੋਲਵ ਕਰਦੇ ਹਾਂ ਜੀ। ਇਸ ਦੇ ਵਿੱਚ ਵੀ ਆਪਾਂ 3 ਨੰਬਰਸ ਨੂੰ ਮਲਟੀਪਲਾਈ ਕਰਨਾ ਹੈ। ਪਹਿਲਾਂ 2 ਨੰਬਰਸ ਨੂੰ ਮਲਟੀਪਲਾਈ ਕਰਦੇ ਹਾਂ। 8 ਨੂੰ ਆਪਾਂ 5 ਦੇ ਨਾਲ ਗੁਣਾ ਕਰਨਾ ਹੈ, 8 5 40 ਆ ਜਾਏਗਾ। ਅਤੇ 40 ਨੂੰ ਫਿਰ ਆਪਾਂ 9 ਦੇ ਨਾਲ ਮਲਟੀਪਲਾਈ ਕਰ ਦੇਣਾ ਹੈ, ਇਹ ਕਿੰਨਾ ਆ ਜਾਏਗਾ? 360। ਇਟ ਮੀਨ ਮਾਈਨਸ 8, ਮਾਈਨਸ 5 ਅਤੇ 9, ਮਾਈਨਸ 8, ਮਾਈਨਸ 5 ਅਤੇ 9 ਨੂੰ ਮਲਟੀਪਲਾਈ ਕਰਨਾ। ਪਹਿਲਾਂ ਦੇਖੋ ਇੱਥੇ ਮਾਈਨਸ ਹੈ, ਇਸ ਜਗ੍ਹਾ 'ਤੇ ਮਾਈਨਸ ਹੈ, ਮਾਈਨਸ ਦੇ ਨਾਲ ਮਾਈਨਸ ਕੈਂਸਲ ਹੋ ਜਾਏਗਾ। ਆਪਣੇ ਕੋਲ ਆਨਸਰ ਵਿੱਚ ਪਹਿਲਾਂ ਦੇਖ ਲਓ ਨੰਬਰ ਕਿਹੜਾ ਆਏਗਾ? 360। ਮਾਈਨਸ ਦੇ ਨਾਲ ਮਾਈਨਸ ਕੈਂਸਲ ਹੋ ਗਿਆ। ਹੁਣ ਦੇਖੋ ਇਹਨਾਂ ਨੰਬਰ ਵਿੱਚ ਕੋਈ ਵੀ ਮਾਈਨਸ ਦਾ ਨਹੀਂ ਹੈ, ਸਾਰੇ ਆਪਣੇ ਕੋਲ ਹੁਣ ਬਣ ਗਏ ਪਲੱਸ ਦੇ। ਇਟ ਮੀਨ ਆਨਸਰ ਵੀ ਆਪਣੇ ਕੋਲ ਕੀ ਆ ਜਾਏਗਾ? ਪਲੱਸ ਦਾ। ਅਤੇ ਆਨਸਰ ਆ ਜਾਏਗਾ 360, ਪਲੱਸ 360। ਅਤੇ ਆਹ ਹੁਣ ਨੈਕਸਟ ਪਾਰਟ ਸੋਲਵ ਕਰਦੇ। ਨੈਕਸਟ ਪਾਰਟ ਇਸ ਤਰ੍ਹਾਂ ਹੈ ਜੀ, ਹੁਣ ਇਸ ਪਾਰਟ ਦੇ ਵਿੱਚ ਆਪਾਂ ਸਟੂਡੈਂਟ 4 ਨੰਬਰਸ ਨੂੰ ਮਲਟੀਪਲਾਈ ਕਰਨਾ ਹੈ। ਦੇਖੋ 1 2 3 4, ਇਹ 4 ਨੰਬਰਸ ਨੂੰ ਕਿਸ ਤਰ੍ਹਾਂ ਮਲਟੀਪਲਾਈ ਕਰਨਾ? ਪਹਿਲੇ 2 ਨੰਬਰਸ ਨੂੰ ਮਲਟੀਪਲਾਈ ਕਰਦੇ ਹਨ, 2 ਨੂੰ 5 ਨਾਲ ਕਰਾਂਗੇ ਮਲਟੀਪਲਾਈ, ਦੇਖੋ ਕਿੰਨਾ ਆਏਗਾ? 2 × 5 ਆਪਣੇ ਕੋਲ ਆ ਜਾਏਗਾ ਜੀ 10। ਹੁਣ ਜੋ 10 ਆ ਗਿਆ ਹੈ, 10 ਨੂੰ ਆਪਾਂ ਕਿਸ ਦੇ ਨਾਲ ਮਲਟੀਪਲਾਈ ਕਰ ਦੇਣਾ ਹੈ? 4 ਦੇ ਨਾਲ। 10 ਨੂੰ 4 ਦੇ ਨਾਲ ਕਰਾਂਗੇ ਜੀ, ਆਪਣੇ ਕੋਲ ਆ ਜਾਏਗਾ 40। ਅਤੇ 40 ਨੂੰ ਫਿਰ ਆਪਾਂ ਦੇਖੋ ਲਾਸਟ ਨੰਬਰ ਹੈ 10, 10 ਦੇ ਨਾਲ ਮਲਟੀਪਲਾਈ ਕਰ ਦੇਣਾ ਹੈ। ਅਤੇ 40 ਨੂੰ 10 ਦੇ ਨਾਲ ਮਲਟੀਪਲਾਈ ਕਰਾਂਗੇ, ਆਪਣੇ ਕੋਲ ਕਿੰਨਾ ਆ ਜਾਏਗਾ ਜੀ? 400। ਪਹਿਲਾਂ 2 ਨੂੰ 5 ਦੇ ਨਾਲ ਮਲਟੀਪਲਾਈ ਕਰਨਾ ਹੈ, 2 ਨੂੰ 5 ਨਾਲ ਮਲਟੀਪਲਾਈ ਕਰਕੇ 10 ਆ ਜਾਏਗਾ। 10 ਨੂੰ ਫਿਰ ਅਗਲੇ ਨੰਬਰ ਨਾਲ ਮਲਟੀਪਲਾਈ ਕਰ ਦੇਣਾ ਹੈ, ਅਗਲਾ ਨੰਬਰ ਆਪਣੇ ਕੋਲ 4 ਹੈ, 10 ਨੂੰ 4 ਕਰਾਂਗੇ 40 ਆ ਜਾਏਗਾ। 40 ਨੂੰ ਫਿਰ ਆਪਾਂ 10 ਦੇ ਨਾਲ ਮਲਟੀਪਲਾਈ ਕਰਨਾ ਹੈ ਅਤੇ ਆਪਣੇ ਕੋਲ ਆ ਜਾਏਗਾ 400। ਇਟ ਮੀਨ ਮਾਈਨਸ 2, ਮਾਈਨਸ 5, ਮਾਈਨਸ 4 ਅਤੇ ਮਾਈਨਸ 10, ਇਹ ਚਾਰੋਂ ਨੰਬਰਸ ਨੂੰ ਮਲਟੀਪਲਾਈ ਕਰਕੇ ਜੋ ਆਪਣੇ ਕੋਲ ਆਨਸਰ ਆਏਗਾ ਹੋਏਗਾ 400। ਬਟ ਹੁਣ ਆਪਣੇ ਕੋਲ ਸਾਈਨ ਕਿਹੜਾ ਲੱਗੇਗਾ? ਹੁਣ ਨਾ ਧਿਆਨ ਨਾਲ ਦੇਖੋ, ਇਸ ਦੇ ਵਿੱਚ ਜੋ ਮਾਈਨਸ ਵਾਲੇ ਸਾਈਨ ਹਨ ਉਹ ਆਪਣੇ ਕੋਲ ਇਹ ਵਾਲੇ ਹਨ। ਇਸ ਮਾਈਨਸ ਦੇ ਨਾਲ ਇਹ ਮਾਈਨਸ ਦਾ ਸਾਈਨ ਕੱਟਿਆ ਜਾਏਗਾ, ਇਸ ਮਾਈਨਸ ਦੇ ਨਾਲ ਇਹ ਮਾਈਨਸ ਦਾ ਕੱਟਿਆ ਜਾਏਗਾ। ਹੁਣ ਸਾਰੇ ਹੀ ਮਾਈਨਸ ਸਾਈਨ ਕੱਟੇ ਗਏ ਹਨ, ਇਟ ਮੀਨ ਆਨਸਰ ਆਪਣੇ ਕੋਲ ਕਿਸ ਵਿੱਚ ਆਏਗਾ? ਪਲੱਸ ਵਿੱਚ ਆਏਗਾ। ਇਟ ਮੀਨ 400 ਆਪਣੇ ਕੋਲ ਪਲੱਸ ਦੇ ਆ ਜਾਣਗੇ। ਅਤੇ ਆਹ ਹੁਣ ਆਪਾਂ ਨੈਕਸਟ ਪਾਰਟ ਸੋਲਵ ਕਰਦੇ ਹਾਂ ਜੀ। ਹੁਣ ਇਹ ਲਾਸਟ ਪਾਰਟ ਸੋਲਵ ਕਰ ਰਹੇ ਹਾਂ ਜੀ। ਸੋ ਵੀਡੀਓ ਦੇ ਲਾਸਟ ਵਿੱਚ ਤੁਹਾਡੇ ਕੋਲ ਕੁਝ ਹੋਮਵਰਕ ਹੋਏਗਾ, ਉਸ ਹੋਮਵਰਕ ਦਾ ਜੋ ਤੁਸੀਂ ਆਨਸਰ ਆ ਕਮੈਂਟ ਵਿੱਚ ਜ਼ਰੂਰ ਲਿਖਣਾ। ਅਤੇ ਆਹ ਹੁਣ ਲਾਸਟ ਪਾਰਟ ਨੂੰ ਸੋਲਵ ਕਰਦੇ ਹਾਂ। ਹੁਣ ਸਟੂਡੈਂਟ ਜਿਸ ਤਰ੍ਹਾਂ ਇਹ ਜੋ ਕੁਐਸਚਨ ਸੀ, ਇਸ ਦੇ ਵਿੱਚ ਦੇਖੋ ਸਾਰੇ ਹੀ ਜੋ ਨੰਬਰਸ ਹਨ ਉਹਨਾਂ ਦੇ ਵਿਚਕਾਰ ਵਾਲਾ ਸਾਈਨ ਮਲਟੀਪਲਾਈ ਦਾ ਹੈ, ਲੇਕਿਨ ਇੱਥੇ ਦੇਖੋ ਮਾਈਨਸ 8 ਗੁਣਾ 0 ਹੈ, ਫਿਰ ਅੱਗੇ ਪਲੱਸ ਦਾ ਸਾਈਨ ਆਪਣੇ ਕੋਲ ਆ ਗਿਆ ਹੈ। ਇਟ ਮੀਨ ਇੱਥੇ ਆਪਣੇ ਕੋਲ ਮਾਈਨਸ 8 ਨੂੰ ਪਹਿਲਾਂ ਆਪਾਂ 0 ਨਾਲ ਗੁਣਾ ਕਰਨਾ ਹੈ। ਅਤੇ ਇਸ ਬ੍ਰੈਕਟ ਦੇ ਅੰਦਰ ਵੀ ਦੇਖੋ ਦੋਨੋਂ ਨੰਬਰ ਆਪਸ ਵਿੱਚ ਕੀ ਹਨ? ਮਲਟੀਪਲਾਈ। ਇਹਨਾਂ ਨੂੰ ਆਪਾਂ ਅਲੱਗ ਤੋਂ ਮਲਟੀਪਲਾਈ ਕਰਨਾ ਹੈ, ਇਹਨਾਂ ਨੂੰ ਆਪਾਂ ਅਲੱਗ ਤੋਂ ਮਲਟੀਪਲਾਈ ਕਰਨਾ ਹੈ। ਅਤੇ ਜਿਹੜਾ ਇਸ ਦਾ ਅਤੇ ਇਸ ਦਾ ਆਨਸਰ ਆਏਗਾ ਮਲਟੀਪਲਾਈ ਕਰਕੇ, ਉਸ ਨੂੰ ਆਪਾਂ ਜੋੜ ਦੇਣਾ ਹੈ, ਪਲੱਸ ਕਰ ਦੇਣਾ ਹੈ।
हूँ ध्यान देखो पहले अपने को की है माइनस अठ नूं आपां जीरो नाल गुणा करना है विचकार प्लस का साइन है तो इस ब्रैकेट के अंदर अपने को की है माइनस पांच गुणा माइनस चार। तो हुणे आपां कीता सी जो सब तो पहला पार्ट सी किसी भी नंबर नूं आपां जेकर जीरो नाल गुणा कर रहे हाँ तो आंसर हमेशा की आता है जीरो विचकार प्लस का साइन एज इट रहेगा ए वाला। हुण ब्रैकेट के अंदर आपां की लिखना है इन्हां दोनों नंबरस नूं मल्टीप्लाई करके इस ब्रैकेट के अंदर आंसर लिखना है पांच नूं आपां चार दे नाल गुणा करना है पांच नूं चार दे नाल गुणा करांगे वी आएगा बट वी दा हुण साइन की होएगा साइन अपने को इत्थे ब्रैकेट के अंदर इत्थे प्लस आएगा या माइनस आएगा। हुण देखो ए भी माइनस का है ए भी माइनस का है माइनस के नाल माइनस कैंसल हो जाएगा तो अपने को आंसर प्लस में आ जाएगा। इट मीन हुण अपने को आंसर किन्ना आ गया है जीरो ए बी भी अपने को प्लस का है जीरो दे विच आपां 20 नूं ऐड करांगे किसी भी नंबर दे विच जेकर जीरो नूं आपां प्लस कर रहे हाँ तो उही नंबर अपने को आ जाएगा। इट मीन एनी नंबर कोई भी अपने को नंबर है जेकर उस दे विच आपां जीरो नूं प्लस कर रहे हाँ तो अपने को जो सेम नंबर है उही नंबर अपने को आंसर विच आ जाएगा। तो पंजाबी विच इस में लिखांगे नंबर कोई भी अपने को है कोई भी संख्या है जेकर उस दे विच आपां जीरो प्लस कर देने हाँ तो उही नंबर अपने को आंसर विच आ जाएगा सेम नंबर। तो स्टूडेंट हम वीडियो लास्ट में तुहाडे लई कुछ होमवर्क है होमवर्क का तुसीं आंसर कमेंट में जरूर लिखना जेकर यह वीडियो तुहानूं अच्छी लगी है तो इसनूं लाइक अते शेयर जरूर कर देना मेरे चैनल नूं सबसक्राइब कर देना तो बैल आइकन नूं भी जरूर प्रेस कर देना धन्यवाद। स्टूडेंट ये हुण तुहाडे लई कुछ क्वेश्चन्स हन होमवर्क लई तो इन्हां दा जो तुसीं आंसर है कमेंट में जरूर लिखना धन्यवाद।